ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਸਾਰੇ ਜਣੇ ਠੀਕ? ਅੱਜ ਨਾ ਅਸੀਂ ਆਪਣੇ ਆਫਿਸ ਦੇ ਵਿੱਚ ਸੀਗੇ ਅਤੇ ਸਾਡੇ ਇੱਥੇ ਮੈਡਮ ਸੀ ਇੱਕ ਸ਼ਰਨ ਮੈਡਮ, ਠੀਕ ਹੈ ਜੀ। ਉਹਨੇ ਇੱਥੇ ਅੱਜ ਕੰਮ ਕੀਤਾ ਅਤੇ ਹੁਣ ਉਹ ਉਹਨਾਂ ਦੀ ਟ੍ਰਾਂਸਫਰ ਹੋ ਗਈ ਮੋਹਾਲੀ ਦੀ, ਅਤੇ ਉਹਨਾਂ ਦੀ ਫਿਰ ਅਸੀਂ ਅੱਜ ਪਾਰਟੀ ਪੁਲਟੀ ਕਰ ਰਹੇ ਹਾਂ ਨਾ, ਦੇਖਦੇ ਕਿਆ ਵਿਧਾਇਕੀ ਪਾਰਟੀ 'ਚ ਕਿਆ ਬੋਲਦੇ ਆ ਉਹ, ਠੀਕ। ਅਤੇ ਇਹ ਸਾਡੇ ਜੀ ਸ਼ਰਨ ਮੈਡਮ, ਇਹ ਇਹਨਾਂ ਨੇ ਇੱਥੇ ਕੰਮ ਕੀਤਾ ਅਤੇ ਅੱਜ ਆ ਰਿਹਾ, ਟ੍ਰਾਂਸਫਰ ਹੋ ਰਹੀ ਹੈ ਮੋਹਾਲੀ। ਇਹ ਬਾਕੀ ਸਾਡੇ ਸਾਰਾ ਸਟਾਫ ਇੱਧਰ। ਅਤੇ ਮੈਡਮ ਪਹਿਲਾਂ ਕਿਤੇ ਤੁਸੀਂ ਕੀ ਕਹੋਗੇ? ਤੁਸੀਂ ਦੱਸੋ, ਟ੍ਰਾਂਸਫਰ ਤੁਹਾਡੀ ਹੋਈ, ਪਹਿਲਾਂ ਮੁਬਾਰਕਾਂ ਬਹੁਤ ਬਹੁਤ। ਥੈਂਕ ਯੂ। ਕੀ ਕਹਿਣਾ, ਕਿੰਨਾ ਟਾਈਮ ਕੰਮ ਕੀਤਾ ਮੈਡਮ ਤੁਸੀਂ ਇੱਥੇ? ਮੈਂ ਇੱਥੇ 16 ਸਾਲ ਜੋਬ ਕੀਤੀ, ਬੱਲੇ ਬੱਲੇ ਸਟਾਰਟਿੰਗ ਵੀ ਇੱਥੇ ਦੀ ਹੈ। ਅੱਛਾ ਜੀ, ਠੀਕ ਹੈ ਠੀਕ ਹੈ। ਤੇ 16 ਸਾਲ ਦੇ ਵਿੱਚ ਬਹੁਤ ਪੋਜ਼ਿਟਿਵ ਗੱਲਾਂ, ਕੋਈ ਨੈਗੇਟਿਵ ਐਕਸਪੀਰੀਅੰਸ? ਬਹੁਤ ਕੁਝ ਸਿੱਖਣ ਨੂੰ ਇੱਥੇ ਹੀ, ਬਹੁਤ ਕੁਝ ਸਿੱਖਿਆ ਹੈ। ਅੱਛਾ, ਮੇਰੇ ਇੱਕ ਫੈਮਿਲੀ ਤਰ੍ਹਾਂ ਹੀ ਹੈ ਸਾਰਾ, ਮੈਨੂੰ ਘਰ ਦੀ ਤਰ੍ਹਾਂ ਹੀ ਹੈ। ਮਤਲਬ ਮੈਨੂੰ ਕਦੀ ਇਹ ਨਹੀਂ ਲੱਗਿਆ ਵੀ ਮੈਂ ਆਪਣੇ ਘਰ ਤੋਂ ਬਾਹਰ ਹੈ। ਅਤੇ ਸਟਾਫ ਵੀ ਬਹੁਤ ਵਧੀਆ, ਕੋਆਪਰੇਟਿਵ ਸਟਾਫ, ਅਤੇ ਦਿਲ ਤਾਂ ਕਰਦਾ ਹੀ ਜਾਣਾ, ਪਰ ਜਾਣਾ ਤਾਂ ਪੈਣਾ, ਜਾਣਾ ਤਾਂ ਪੈਣਾ ਹੀ ਹੈ। ਹਾਂਜੀ, ਭਰਤਗੜ੍ਹ ਤੋਂ ਮੋਹਾਲੀ, ਮੋਹਾਲੀ ਤੋਂ ਅਸੀਂ ਕਹਿੰਦੇ ਦਿੱਲੀ ਜਾਓ, ਦਿੱਲੀ ਤੋਂ ਫਿਰ ਅਮਰੀਕਾ ਜਾਓ, ਉਡਾਣ ਭਰੋ ਕਿ ਨਹੀਂ। ਅਤੇ ਬਾਕੀ ਸਾਡੇ ਸੀਨੀਅਰ ਮੈਡਮ ਹੈ, ਸਤਿ ਸ਼੍ਰੀ ਅਕਾਲ ਜੀ। ਮੈਡਮ ਤੁਸੀਂ ਕਿਉਂ ਕਹੋਗੇ ਜੀ, ਤੁਹਾਡੇ ਸਟਾਫ ਹੈ, ਪ੍ਰਮੋਸ਼ਨ ਹੋਈ ਇਹਨਾਂ ਦੀ, ਅੱਗੇ ਜਾ ਰਿਹਾ ਮੋਹਾਲੀ? ਬਹੁਤ ਅੱਛੇ ਹੈ, ਅਸੀਂ ਇਹਨਾਂ ਵਾਸਤੇ ਖੁਸ਼ ਹਾਂ। ਹਾਂਜੀ, ਆਪਣੇ ਘਰ ਜਾ ਰਹੇ ਹਾਂ। ਹਾਂਜੀ, ਠੀਕ ਹੈ ਠੀਕ ਹੈ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ। ਅਤੇ ਇੱਕ ਅਸੀਂ ਇਹ ਕਹੋਗੇ ਮੈਡਮ ਵੀ, ਅਤੇ ਹਾਂ ਸਾਰੇ ਜਿੰਨਾ ਵੀ ਸਟਾਫ ਹੈਗਾ ਨਾ ਭਰਤਗੜ੍ਹ, ਸਾਰਿਆਂ ਵੱਲੋਂ ਤੁਹਾਨੂੰ ਸਾਰੇ ਖੁਸ਼ ਹੈ ਵੀ ਤੁਸੀਂ ਜਾ ਰਹੇ ਹੋ। ਅਤੇ ਬਾਕੀ ਇਹ ਹੈ ਕਿ ਜੇ ਤੁਸੀਂ ਇੱਥੇ 16 ਸਾਲ ਕੰਮ ਕੀਤਾ ਵੀ, ਤੁਸੀਂ ਇਹਨੂੰ ਉਹ ਨਹੀਂ ਕਹਿਣਾ ਵੀ ਗਲਤ ਹੈ ਵੀ ਇੱਦਾਂ ਸੀ, ਹੈ ਨਾ? ਕਈ ਵਾਰੀ ਬੰਦਾ ਕਹਿਣ ਲੱਗ ਪੈਂਦਾ ਵੀ ਹੁਣ ਜਦ ਮੇਰਾ ਆਪਣਾ ਘਰ ਹੈ, ਮੈਂ ਆਪਣੇ ਘਰ ਦਾ ਥੋੜ੍ਹਾ ਉਹ ਕਰੂੰਗੀ। ਮੈਨੂੰ ਇੱਥੇ ਜਦ ਕਦੀ ਕੋਈ ਪ੍ਰੋਬਲਮ ਹੀ ਨਹੀਂ ਹੋਈ ਤਾਂ ਮੈਂ ਨੈਗੇਟਿਵ ਬੋਲੂੰਗੀ। ਹਾਂ, ਹਮੇਸ਼ਾ ਹੀ ਪੋਜ਼ਿਟਿਵ ਰਹਿਣਾ, ਹੈ ਨਾ? ਅਤੇ ਬਾਕੀ ਇੱਧਰ ਹੋਰ ਵੀ ਆ, ਉਹ ਵੀ ਕੁਛ ਕਹਿਣ ਜਾਣਗੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਹੋਰ ਕੀ ਕਹਿ ਕਹੋਗੇ ਜੀ ਮੈਡਮ ਬਾਰੇ, ਸ਼ਰਨ ਮੈਡਮ ਬਾਰੇ ਜਾ ਰਹੀ ਹੈ? ਬਸ ਮੈਮ ਕੋ ਮਾਈ ਤਰਫ ਸੇ ਆਲ ਦਾ ਬੈਸਟ ਹੈ। ਹਾਂਜੀ ਹਾਂਜੀ, ਔਰ ਬਸ ਯਹੀ ਕਹੇਂਗੇ ਕਿ ਜਿਤਨੀ ਵੀ ਡਿਵੈਲਪਮੈਂਟ ਕਿਸੀ ਕੀ ਵੀ ਹੋ, ਹਮੇ ਤੋ ਅੱਛਾ ਹੀ ਲਗਤਾ ਹੈ। ਆਲ ਦੀ ਬੈਸਟ ਸਾਰੇ ਸਟਾਫ ਵੱਲੋਂ, ਸਮੂਹ ਸਟਾਫ ਵੱਲੋਂ ਆਲ ਦੀ ਬੈਸਟ। ਅਤੇ ਬਾਕੀ ਫਿਰ ਹੁਣ ਅਸੀਂ ਪਾਰਟੀ ਕਰਾਂਗੇ, ਤੈਨੂੰ ਉਹ ਵੀ ਦੱਸਾਂਗੇ ਉਹਦੇ ਵਿੱਚ ਐਡ ਸਾਰਾ ਕੁਛ ਕੀ ਹੁੰਦਾ। ਚਲੋ ਜੀ, ਦੇਖ ਲਓ, ਸ਼ਰਨ ਮੈਡਮ ਨੇ ਇੱਥੇ 16.5 ਸਾਲ ਕੰਮ ਕੀਤਾ ਅਤੇ ਅੱਜ ਉਹਨੇ ਹੋ ਰਹੀ ਹੈ ਵਿਦਾਇਗੀ। ਅਤੇ ਸਰ ਤੁਸੀਂ ਕੀ ਕਹਿਣਾ ਚਾਹੋਗੇ? ਸਾਨੂੰ ਬਹੁਤ ਭਾਰੀ ਮਨ ਨਾਲ ਇਹਨਾਂ ਨੂੰ ਭੇਜਣਾ ਪੈ ਰਿਹਾ, ਪਰ ਇਹਨਾਂ ਦੀ ਮਜ਼ਬੂਰੀ ਸੀਗੀ ਅਤੇ ਘਰ ਨੇ ਮੈਰਿਜ ਚੱਲ ਗਿਆ, ਮੈਨੂੰ ਬਹੁਤ ਖੁਸ਼ੀ। ਹਾਂ, ਸਾਨੂੰ ਖੁਸ਼ੀ ਵੀ ਹੈ, ਤਰੱਕੀ ਹੋ ਰਹੀ ਹੈ। ਚਲੋ ਮੈਡਮ ਤੁਸੀਂ ਕੀ ਕਹੋਗੇ ਜੀ? ਅਜੀਬ ਜਿਹਾ ਫੀਲ ਹੋ ਰਿਹਾ ਕਿਉਂਕਿ ਮੈਂ ਬਹੁਤ ਟਾਈਮ ਲਗਾਇਆ ਆਪਣੀ ਫੈਮਿਲੀ ਤਰ੍ਹਾਂ, ਮੇਰੇ ਸਾਰੇ ਜਿਹੜੇ ਮਤਲਬ ਹੈਗੇ ਭੈਣ ਭਰਾ, ਅਤੇ ਇਹਨਾਂ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ, ਪਰ ਮਜ਼ਬੂਰੀ ਹੈ ਜਾਣਾ ਪੈਣਾ। ਚਲੋ, ਪੂਰੇ CSE ਭਰਤਗੜ੍ਹ ਵੱਲੋਂ, ਪੂਰੇ ਸਟਾਫ ਵੱਲੋਂ, ਜਿੰਨਾ ਵੀ ਤਿਲ ਫੁੱਲ ਭੇਟਾ ਅਸੀਂ ਦੇ ਰਹੇ ਹਾਂ ਪਿਆਰ ਵੱਲੋਂ, ਮੈਡਮ ਜੀ ਸਾਂਭ ਕੇ ਰੱਖਿਓ, ਯਾਦ ਰੱਖਿਓ ਤੁਹਾਨੂੰ ਹਮੇਸ਼ਾ। ਚਲੋ ਜੀ, ਚਲੋ ਜਾਇਓ ਅੱਗੇ। ਅਮਨ ਭਾਜੀ ਸਾਡੇ, ਹੋਰ ਡਾਕਟਰ ਸਾਰੇ ਹੀ, ਸ਼ਰਨ ਮੈਡਮ ਸਾਰੇ ਜਣੇ ਯਾਦ ਕਰਨਗੇ, ਨਾਲੇ ਦੇਖੇ ਹੁਣ ਮੌਕੇ ਮੌਕੇ ਦੇਣਾ ਟਾਈਮ ਟਾਈਮ ਤੇ। ਕਿਉਂ ਮੈਡਮ ਜੀ? ਏਦਾਂ ਹੀ, ਹਾਂ ਜਦੋਂ ਮਰਜ਼ੀ ਆਓ। ਠੀਕ, ਵੈਲਕਮ। ਜਦੋਂ ਵੀ ਸਾਡੇ ਕੋਈ ਪ੍ਰੋਗਰਾਮ ਹੁੰਦਾ ਨਾ, ਤੇ ਸਾਡੇ ਗੁਰਜੀਤ ਭਾਜੀ ਐਨ ਤਿਆਰ ਪਰ ਤਿਆਰ ਹੁੰਦੇ, ਮੋਹਰੀ ਇਹ ਹੁੰਦੇ ਖਾਣ ਪੀਣ ਦੇ ਮਾਮਲੇ 'ਚ, ਅਸੀਂ ਇਹਨਾਂ ਨੂੰ ਅੱਗੇ ਰੱਖਿਆ ਹੋਇਆ। ਅਤੇ ਨਾਲ ਸਾਡੇ ਨਵੀਨ ਭਾਜੀ ਹੈ, ਲਾਡੀ ਭਾਜੀ ਦੀ ਤਾਂ ਕਿਆ ਹੀ ਕਹਿਣੇ ਆ। ਅਤੇ ਹੁਣ ਅਸੀਂ ਚਾਹ ਪਾਣੀ ਤਾਂ ਲੱਗੇ ਇੰਤਜ਼ਾਮ ਕਰਨ, ਚਾਹ ਪਾਣੀ, ਸਮੋਸਾ, ਸਵੀਟਸ, ਆਹ ਦੀ ਜਿਹੜੀ ਸੇਵਾ ਕਰੂੰਗਾ ਨਾ, ਅਸਲੀ ਸੇਵਾ ਤਾਂ ਉਹੀ ਲੈ ਜਾਂਦਾ ਬੰਦਾ ਬਸ। ਨਵੀਨ ਭਾਜੀ ਸਾਡੇ, ਗੁਰਜੀਤ ਭਾਜੀ, ਨਹੀਂ ਜਿਹੜੀ ਚਾਹ ਦੀ ਸੇਵਾ ਕਰਦਾ ਨਾ, ਅਸਲੀ ਸੇਵਾ ਤਾਂ ਬੰਦਾ ਉਹੀ ਲੈ ਜਾਂਦਾ ਬਸ। ਪਾਣੀ ਦੀ ਸੇਵਾ ਹੁੰਦੀ ਹੈ ਅਸਲੀ, ਹਾਂ ਨਹੀਂ ਚਾਹ ਦੀ ਵੀ ਹੈ ਪੰਜਾਬੀਆਂ ਨੂੰ ਤਾਂ। ਉਹ ਤਾਂ ਫਿਰ ਉਹਦੀ ਪੋਈ ਬਾਰਾਂ ਜਿਹੜੀ ਚੂਹ ਦੀ ਕਰਦਾ, ਉਹਦੀ ਪੋਈ ਬਾਰਾਂ ਮਹਾਰਾਜ। ਲੋ ਚਾਹ ਤੇ ਗੱਪ ਛਕੋ, ਚਾਹ ਏਦੇ ਠੰਡੀ ਹੋਈ ਨਹੀਂ ਪੈਣੀ, ਦੇਖ ਲੋ ਸਰ। ਪਰ ਸਰ ਚਾਹ ਪੀਓ ਨਾ ਤੁਸੀਂ, ਚਾਹ ਪੀਓ ਨਾ ਤੁਸੀਂ, ਚਾਹ ਵੀ ਲੈਂਗੇ, ਔਰ ਕੁਛ ਵੀ ਲੈਂਗੇ, ਹੋਰ ਸਮੋਸੇ ਵੀ ਲਓ। ਪਾਲ ਭਾਈ ਲਓ ਨਾ ਚਾਹ, ਪਿੱਛੇ ਕਿਉਂ ਹਟੀ ਹੁੰਦੇ ਹੋ? ਆ ਰੱਖ ਤੂੰ ਇਹਦੇ ਵਿੱਚ, ਪਾ ਇਧਰ ਛੋਟੀ ਕਟੋਰੀ ਚ।
हाँ जी हाँ जी वीडियो बना रहे हैं जी। मिठा ही लो अमन भाजी। हाँ जी चुटकला तुसी करोगे, तुसी तुसी सीनियर है। नहीं नहीं सीनियर तुसी है। इकबाल भाजी कहते भी असि नहीं पाल भाजी मेन है। नहीं पाल भाजी करेंगे तुसी सर। आजो 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 दो इधर आजो इधर। नहीं नहीं भाई चुप साइलेंट साइलेंट। साडे चाचा जी जी के उन्होंने काफी देर बाद ब्याह होया। वो कहने सारा दिन कट्ठे खेलते थे। वो कहना सानू कहना यार तुसी कहना रोज मेरे घरों बैठ देखने आ जांदे, कदे जूता देखने आ जांदे। कहना जब मैं घर नहीं होना तुसी ज्यादा आने, थोड़ी चाची कली हुंदी है। असि कहे नहीं सर भी सानू कितना पता लगूगा भी तुसी घर नहीं हैगे। कहना नहीं जदों कहना घर पखा चल रहा, कहना पिछे कूलर चल रहा, थोनू पता मैं थोड़ी चाची नाल कहना मिठिया मिठिया प्यार दी गल्लां कर रहे हैं, फिर तुसी कहना घर आया काम। वह एक दिन असि चंडीगढ़ 17 च गए चाचा घूमे उठे। असि कहा चाचा जी तुसी वे फिरते हैं। कहना क्या हो गया वे? असि कहा साडा घर पखा चली जांदा नाले जवे। टैलेंट नहीं शेर भी गाने भी आते बहुत वधिया। ਲੈ ਲੈ ਹੋਰ ਹੋਰ ਉਹ ਵੀ ਸੈਡ ਸੌਂਗ ਸਰ ਸੈਡ ਸੌਂਗ ਨਾਲੇ ਸੈਡ ਸੌਂਗ ਠੀਕ ਹੈ। ਜੇ ਮੈਂ ਕਿਸੇ ਨੂੰ ਕੁਛ ਕਹਿ ਰਹਾ ਉੱਚਾ ਨੀਵਾ ਮੇਰੇ 2 ਮਿੰਟ ਦਾ ਗੁੱਸਾ ਹੁੰਦਾ ਮੇਰੇ ਦਿਮਾਗ 'ਚ। ਹਾਂਜੀ ਹਾਂਜੀ ਸਰ ਐਵਰੀਬਡੀ ਨੂੰ ਮੇਰੇ ਘਰੇ ਵੀ ਪਤਾ। ਤੇ ਹੁਣ ਜਿਹੜਾ ਵੀ ਕੋਈ ਜਾ ਰਿਹਾ ਤੇ ਆ ਰਿਹਾ ਗ੍ਰੈਜਸ ਕਰਕੇ ਕਰ ਰਿਹਾ, ਕਿਸੇ ਨੇ ਕੋਈ ਦਿਮਾਗ 'ਚ ਜਾਂ ਦਿਲ 'ਚ ਕਰ ਲਿਆ ਪਲੀਜ਼। मैडम जा रहे जी मैडम गिफ्ट दे रहा मैम चला के बस।